1985 ਇਸ ਵਰੇ ਬਣਨ ਵਾਲੀਆਂ ਫਿਲਮਾਂ ਵਿੱਚ ਉਰਦੂ ਦੀਆਂ 24, ਪੰਜਾਬੀ ਦੀਆਂ 40, ਸਿੰਧੀ ਦੀਆਂ 2, ਪਸ਼ਤੋ ਦੀਆਂ 20। ਉਰਦੂ ਤੇ ਪੰਜਾਬੀ ਵਿੱਚ ਬਣਨ ਵਾਲੀਆਂ ਕੁਝ ਫਿਲਮਾਂ ਨੂੰ ਦੋਵਾਂ ਜ਼ਬਾਨਾਂ ਵਿੱਚ ਡੱਬ ਕਰਕੇ ਵਿਖਾਇਆ ਗਿਆ। ਉਰਦੂ ਵਿੱਚ ਹਮਸੇ ਹੈ ਜ਼ਮਾਨਾ ਤੇ ਹਾਂਗਕਾਂਗ ਕੇ ਸ਼ੋਲੇ ਕਾਮਯਾਬ ਗਿਣੀਆਂ ਗਈਆਂ। ਦੂਜੇ ਮੁਲਕਾਂ ਦੀ ਸਾਂਝ ਨਾਲ ਬਣਨ ਵਾਲੀਆਂ ਇਹਨਾਂ ਫਿਲਮਾਂ ਵਿੱਚ ਅੱਧ ਨੰਗੇ ਸ਼ਾਟ ਤੇ ਐਕਸ਼ਨ ਨੂੰ ਵਡਿਆਇਆ ਗਿਆ। ਇਹ ਕਾਰਨ ਸੀ ਭਈ ਮੁਲਕ ਤੋਂ ਬਾਹਰ ਬਣਨ ਵਾਲੀਆਂ ਘੱਟ ਵੱਧ ਸਾਰੀਆਂ ਫਿਲਮਾਂ ਹੀ ਕਾਮਯਾਬ ਹੋਣ ਲੱਗੀਆਂ। ਅੱਧ ਨੰਗੇ ਜਿਸਮਾਂ ਉਰਦੂ ਨੂੰ ਹੋਰ ਤਗੜਾ ਕਰ ਦਿੱਤਾ। ਪੰਜਾਬੀ ਜ਼ਬਾਨ ਵਿੱਚ ਬਣਨ ਵਾਲੀਆਂ ਫਿਲਮਾਂ ਵਿੱਚੋਂ ਜੋ 2 ਕਾਮਯਾਬ ਮੰਨੀਆਂ ਗਈਆਂ ਉਹਨਾਂ ਵਿੱਚ ਧੀ ਰਾਣੀ ਤੇ ਚੂੜੀਆਂ ਸੀ। ਚੂੜੀਆਂ ਨੇ ਸਭ ਤੋਂ ਵੱਧ ਕਾਮਯਾਬੀ ਹਾਸਲ ਕੀਤੀ ਤੇ ਪੰਜਾਬੀ ਫਿਲਮਾਂ ਦੀ ਪਿਛਲੀ ਰੀਤ ਨੂੰ ਬਣਾਈ ਰੱਖਿਆ। ਪਸ਼ਤੋ ਦੀਆਂ 26 ਫਿਲਮਾਂ ਵਿੱਚੋਂ 4 ਕਾਮਯਾਬ ਹੋਈਆਂ, ਜਿਨ੍ਹਾਂ ਵਿੱਚ ਖਾਲਸਤਾ ਗੁਲ, ਦਹਿਕਾਨ, ਸ਼ਹਿਜ਼ਾਦਗੇ ਤੇ ਕੁਰਬਾਨੀ ਦੇ ਨਾਂ ਆਉਂਦੇ ਹਨ। ਇਸ ਵਰੇ 26 ਦਸੰਬਰ ਨੂੰ 7 ਦਿਨਾਂ ਦਾ ਇੱਕ ਫਿਲਮੀ ਮੇਲਾ ਲਾਹੌਰ ਵਿੱਚ ਹੋਇਆ। ਇਸ ਮੇਲੇ ਵਿੱਚ ਹਵੇਲੀ, ਗੇ ਅਮਨ, ਘੂੰਗਟ, ਕਰਤਾਰ ਸਿੰਘ, ਅੰਦਲੀਬ, ਦੋਸਤੀ ਤੇ ਤਾਜ ਮਹਿਲ ਨਾਂ ਦੀਆਂ ਫਿਲਮਾਂ ਵਿਖਾਈਆਂ ਗਈਆਂ। ਬੀਤੇ ਵਰੇ ਵਾਂਗੂ ਇਸ ਵਰੇ ਵੀ 7 ਫਿਲਮਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ 6 ਉਰਦੂ ਤੇ 1 ਪੰਜਾਬੀ ਦੀ ਫਿਲਮ ਸੀ। ਬੀਤੇ ਵਰੇ ਵਾਂਗ ਇਸ ਵਰੇ ਵੀ ਸਿੰਧੀ ਤੇ ਪਸ਼ਤੋ ਨੂੰ ਇਸ ਮੇਲੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਜਿਹੜੀ ਕਿ ਮਾੜੀ ਗੱਲ ਸੀ। ਦਸੰਬਰ ਨੂੰ ਇੱਕ ਸੈਮੀਨਾਰ ਹੋਇਆ ਜਿਸ ਵਿੱਚ ਬੁਸ਼ਰਾ ਰਹਿਮਾਨ, ਪ੍ਰੋਫੈਸਰ ਪਰੇਸ਼ਾਨ ਖਟਕ, ਅਸਲਮ ਡਾਰ, ਖਵਾਜਾ ਪਰਵੇਜ਼, ਬਹਾਰ ਬੇਗਮ, ਇਲਿਆਸ ਕਸ਼ਮੀਰੀ, ਇਜਾਜ਼ ਤੇ ਚੌਧਰੀ, ਈਦ ਮੁਹੰਮਦ ਹੋਰਾਂ ਆਪਣੇ ਵਿਚਾਰ ਸਾਂਝੇ ਕੀਤੇ। 28 ਦਸੰਬਰ ਨੂੰ 2 ਨੈਸ਼ਨਲ ਐਵਾਰਡ ਦਿੱਤਾ ਗਿਆ। ਪਿਛਲੇ ਵਰੇ ਇਸ ਐਵਾਰਡ ਦੀ ਗਿਣਤੀ 11, ਜਦਕਿ ਇਸ ਵਰੇ ਇਹ ਗਿਣਤੀ 13 ਕਰ ਦਿੱਤੀ ਗਈ। ਇਸ ਐਵਾਰਡ ਦੇ ਨਾਲ 20,000 ਰੁਪਏ ਨਗਦ ਵੀ ਸਨ। ਇਸ ਵਰੇ ਇਹ ਹਮੀਦ ਭਾਈਆ, 15 ਦਸੰਬਰ ਹਾਜੀ ਹਲੀਮ, 20 ਜਨਵਰੀ ਰਹੀਮ ਗੁਲ, 27 ਅਪ੍ਰੈਲ ਸੁਲਤਾਨ ਜੀਲਾਨੀ, ਹਿਦਾਇਤਕਾਰ ਸਪਤੈਨ ਫਜ਼ਲੀ, 24 ਜੁਲਾਈ ਤੇ ਮੀਆਂ ਅਬਦੁਲ ਹੱਕ 20 ਫਰਵਰੀ ਨੂੰ ਲਾਹੌਰ ਵਿੱਚ ਫੌਤ ਹੋਏ, ਜਦਕਿ ਨਿਰਾਲਾ 9 ਦਸੰਬਰ ਨੂੰ ਕਰਾਚੀ ਵਿੱਚ ਤੇ ਫਿਲਮ ਸਾਜ਼ ਮਸੂਦ ਕੁਰੈਸ਼ੀ ਹੋਰੀ 20 ਫਰਵਰੀ ਨੂੰ ਮੱਕਾ ਮੁਆਜ਼ਮਾ ਸਾਊਦੀ ਅਰਬ ਵਿੱਚ ਰੱਬ ਨੂੰ ਪਿਆਰੇ ਹੋਏ। ਸਈਦ ਅਹਿਮਦ ਚੰਗੇਜ਼ੀ 2 ਜੁਲਾਈ ਤੇ ਹਬੀਬ ਅਹਿਮਦ ਰਿਕਾਰਡਿਸਟ 11 ਨਵੰਬਰ ਨੂੰ ਇਹ ਦੁਨੀਆਂ ਛੱਡ